PTC ਪੰਜਾਬੀ ਦੇ ਸਹਿਯੋਗ ਨਾਲ ਪਹਿਲੀ ਵਾਰੀ ਮੈਲਬਨ ਦੀ ਧਰਤੀ ਤੇ ਹੋਣ ਜਾ ਰਹੇ ਇਹਨਾਂ ਅਵਾਰਡਸ ਦੇ ਲਈ ਕਮਰ ਕੱਸ ਲਈ ਇਹ ਸਾਰੇ ਕਲਾਕਾਰਾਂ ਨੇ। 13 ਅਗਸਤ ਦੀ ਸ਼ਾਮ ਨੂੰ ਹੋਣ ਵਾਲੇ ਇਹਨਾਂ ਅਵਾਰਡਸ ਦੀ ਝਲਕ ਦੇ ਲਈ ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਟਰਾਫੀ ਦੀ ਘੁੰਡ ਚੁਕਾਈ ਦੀ ਰਸਮ। ਆਸਟ੍ਰੇਲੀਆ ਦੀ ਧਰਤੀ ਤੇ ਪਹਿਲੀ ਵਾਰ PTC ਪੰਜਾਬੀ ਦੇ ਸਹਿਯੋਗ ਨਾਲ ਵਿਰਾਸਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਤੇ ਅਵਾਰਡਸ ਹੋ ਰਹੇ ਨੇ। 13 ਅਗਸਤ ਦੀ ਸ਼ਾਮ ਨੂੰ ਮੈਲਬੌਰਨ 'ਚ ਪੰਜਾਬੀਆਂ ਦਾ ਮਜ਼ਮਾ ਲੱਗੇਗਾ। ਬੇਸ ਬਿਹਤਰੀਨ ਸ਼ਾਮ ਦੀਆਂ ਤਿਆਰੀਆਂ ਵੱਡੇ ਲੈਵਲ ਤੇ ਸ਼ੁਰੂ ਵੀ ਹੋ ਚੁੱਕੀਆਂ ਨੇ। ਪੰਜਾਬੀ ਫਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਦਾ ਜਮਾਵੜਾ ਜਿਹੜਾ ਉਹ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਅਵਾਰਡ ਵਿਖੇ ਦੇਖਣ ਨੂੰ ਮਿਲ ਰਿਹਾ ਅਤੇ ਜਿਨ੍ਹਾਂ ਨਾਲ ਪੰਜਾਬੀ ਇੰਡਸਟਰੀ ਜਿਨ੍ਹਾਂ ਦੇ ਨਾਂ ਨਾਲ ਵੀ ਰੋਸ਼ਨ ਹੈ ਸਾਡੇ ਨਾਲ ਰੋਸ਼ਨ ਪ੍ਰਿੰਸ ਨੇ ਜੀ ਆਇਆਂ ਨੂੰ ਜੀ ਕੀ ਹਾਲ ਨੇ? ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਬਹੁਤ ਵਧੀਆ। ਰੋਸ਼ਨ ਭਾਅ ਜੀ, ਆਸਟ੍ਰੇਲੀਆ ਮੈਲਬਰਨ ਵਿਖੇ ਤੁਸੀਂ ਆਏ ਹੋ ਅਤੇ ਪਹਿਲੀ ਵਾਰ ਇੱਥੇ ਅਜਿਹਾ ਉਪਰਾਲਾ ਉਹ ਵੀ PTC ਪੰਜਾਬੀ ਦੇ ਸਹਿਯੋਗ ਨਾਲ ਹੋਣ ਜਾ ਰਿਹਾ, ਕੀ ਕਹੋਗੇ? ਇੱਕ ਤਾਂ ਮੈਂ ਮੈਲਬਰਨ 9 ਸਾਲ ਬਾਅਦ ਆਇਆ ਜੀ ਔਰ ਐਡੇ ਵੱਡੇ ਮਹਾਂਕੁੰਭ ਦੇ ਵਿੱਚ ਆਇਆ। ਵਿਰਾਸਤ ਜਿਹੜਾ ਫਿਲਮ ਫੈਸਟੀਵਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਔਰ ਅਵਾਰਡਸ ਹੋਣ ਜਾ ਰਹੇ, ਉਹਦੇ ਵਾਸਤੇ ਔਰਗੇਨਾਈਜ਼ਰ ਨੇ ਬੜੀ ਮਿਹਨਤ ਕੀਤੀ ਹੈ। ਮੈਂ ਕਾਫੀ ਦੇਰ ਤੋਂ ਜੁੜਿਆ ਹੋਇਆ ਇਸ ਟੀਮ ਦੇ ਨਾਲ, ਸੋ ਮੈਨੂੰ ਪਤਾ ਕਿ ਸਟੈਪ ਬਾਏ ਸਟੈਪ ਕਿਵੇਂ ਇਹਨਾਂ ਨੇ ਸਾਰੀ ਮਿਹਨਤ ਕੀਤੀ ਔਰ ਅੱਜ ਉਹ ਮੁਕਾਮ ਆ ਗਿਆ ਕਿ ਐਡਾ ਵੱਡਾ ਜਿਹੜਾ ਅਵਾਰਡ ਫੰਕਸ਼ਨ ਹੈ ਉਹ ਮੈਲਬਰਨ ਦੇ ਵਿੱਚ ਹੋਣ ਜਾ ਰਿਹਾ। ਅੱਜ ਮੈਂ ਦੇਖ ਰਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਇੱਥੇ ਦੇ ਲੋਕ ਇੰਨਾ ਪਿਆਰ ਦੇ ਰਹੇ ਨੇ ਔਰ ਪਰਮਾਤਮਾ ਕਰੇ ਉਹਨਾਂ ਦੀ ਲੰਬੀ ਉਮਰ ਦਵੇ ਉਹਨਾਂ ਨੂੰ ਅਤੇ ਉਹਨਾਂ ਨੂੰ ਤਰੱਕੀ ਬਖਸ਼ੇ। ਥੈਂਕ ਯੂ PTC ਔਰ ਜਿਹੜਾ ਹੁਣ ਇੱਥੇ ਇਵੈਂਟ ਹੋਣ ਵਾਲਾ 13 ਤਰੀਕ ਨੂੰ 13 ਅਗਸਤ ਨੂੰ ਬਹੁਤ ਹੀ ਵੱਡਾ ਮੇਰੇ ਖਿਆਲ ਇੱਕ ਉਪਰਾਲਾ ਹੈਗਾ ਕਿਉਂਕਿ ਪੰਜਾਬੀ ਮਿਊਜ਼ਿਕ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਬੜੀ ਜ਼ਰੂਰਤ ਹੈ ਇਹੋ ਜਿਹੇ ਇਵੈਂਟਸ ਦੀ ਜਿੱਥੇ ਸਾਰੀ ਇੰਡਸਟਰੀ ਇਕੱਠੀ ਹੁੰਦੀ ਔਰ ਜਿਹੜੀ ਵੀ ਫਿਲਮਸ ਜਾਂ ਮਿਊਜ਼ਿਕ ਬਣਦਾ, ਗਾਣੇ ਬਣਦੇ, ਉਹਨਾਂ ਨੂੰ ਐਪਰੀਸ਼ੀਏਟ ਕਰਨ ਦਾ ਇੱਕ ਮੌਕਾ ਮਿਲਦਾ। ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾਂ ਵਜ੍ਹਾ ਤੋਂ ਫਿਰਦਾ ਨਹੀਂ, ਮੈਂ ਵੀ ਦੇਖਦੀ ਉਹਨੂੰ ਬੜਿਆਂ ਦਿਨਾਂ ਤੋਂ, ਉਹ ਵੀ ਦੇਖਦਾ ਚਿਰਦਾ ਨਹੀਂ ਮੇਰੇ ਪਿੰਡ ਦੇ। ਜੇ ਤੂੰ ਮੇਰਾ ਘਰ ਹੈ ਤਾਂ ਮੈਂ ਤੇਰਾ ਦਰ ਹਾਂ, ਜੇ ਮੈਂ ਤੇਰਾ ਦਰ ਹਾਂ ਤਾਂ ਤੂੰ ਮੇਰਾ ਘਰ ਹੈ। ਆ ਦੋਵੇਂ ਮਿਲ ਬੈਠੀ ਇਸ ਤਰ੍ਹਾਂ ਪਤਾ ਨਾ ਲੱਗੇ ਕਿ ਤੂੰ ਮੇਰੇ ਘਰ ਹੈ ਜਾਂ ਮੈਂ ਤੇਰੇ ਦਰ ਹਾਂ। ਸੋ ਪੰਜਾਬੀ ਦੁਨੀਆਂ 'ਚ ਕਿਧਰੇ ਵੀ ਵਸਣ ਉਹਨਾਂ ਦਾ ਨਿੱਘ ਇੰਨਾ ਹੁੰਦਾ ਕਿ ਤੁਹਾਨੂੰ ਘਰ ਵਰਗਾ ਹੀ ਮਹਿਸੂਸ ਹੁੰਦਾ ਟਿਲ ਫਰੋਮ ਦਾ ਫਲਾਈਟ ਲੈਂਡਿੰਗ, ਉਸ ਤੋਂ ਬਾਅਦ ਹੋਟਲ ਚੈੱਕ ਇਨ। ਸਾਰਿਆਂ ਨੇ ਇੰਨੀ ਮੁਹੱਬਤ ਦਿੱਤੀ ਔਰ ਇੰਨੀ ਐਕਸਾਈਟਮੈਂਟ ਹੀ ਇੱਥੋਂ ਦੇ ਜਿੰਨੇ ਵੀ ਯੰਗਸਟਰਸ ਕਰ ਰਹੇ ਨੇ ਫਿਲਮ ਅਵਾਰਡਸ, ਕਿਉਂਕਿ ਇਹ ਛੋਟਾ ਕੰਮ ਨਹੀਂ, ਬਹੁਤ ਵੱਡਾ ਹੈ ਔਰ ਇੰਟਰਨੈਸ਼ਨਲ ਲੈਵਲ 'ਤੇ PTC ਦੇ ਸਹਿਯੋਗ ਦੇ ਨਾਲ ਪਹਿਲੀ ਵਾਰੀ ਫਿਲਮ ਇੰਡਸਟਰੀ ਦੇ ਪੰਜਾਬੀ ਫਿਲਮ ਇੰਡਸਟਰੀ ਦੀ ਪੂਰੀ ਇੰਡਸਟਰੀ ਜਿਹੜੀ ਹੈ, ਇੰਨੇ ਆਰਟਿਸਟ ਤੁਸੀਂ ਵੇਖੋਗੇ ਕਿ ਪੰਜਾਬ 'ਚ ਸਿਰਫ ਅਵਾਰਡ 'ਚ ਇਕੱਠੇ ਹੁੰਦੇ ਨੇ, ਬਟ ਬੜਾ ਵੱਡਾ ਐਫਰਟ ਹੈ ਇਹਨਾਂ ਦਾ। ਸਭ ਤੋਂ ਪਹਿਲਾਂ ਤੁਸੀਂ ਬੰਬੂਗਾਰਡ ਮੂਵੀ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ। ਬਹੁਤ ਹਿੰਮਤ ਵਾਲਾ ਕੰਮ ਹੈ ਜੀ, ਲਾਈਕ ਆਸਟ੍ਰੇਲੀਆ ਦੇ ਵਿੱਚ ਫਸਟ ਟਾਈਮ ਲਾਈਕ ਇੰਨੇ ਸਾਰੇ ਆਰਟਿਸਟ ਇਕੱਠੇ ਹੁੰਦੇ ਪਏ ਇੱਕੋ ਸਟੇਜ ਦੇ ਉੱਤੇ, ਅਤੇ ਇਹ ਵਿਰਾਸਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਂਡ ਅਵਾਰਡ ਫੰਕਸ਼ਨ ਆ ਅਤੇ 13 ਤਰੀਕ ਨੂੰ ਐਂਡ ਲਾਈਕ ਇਹਦੇ 'ਚ ਇੱਕ ਬਹੁਤ ਵਧੀਆ ਉਪਰਾਲਾ। ਕਦੇ ਬਾਹਰ ਲਾਈਕ ਬਾਲੀਵੁੱਡ ਦੇ ਆਪਾਂ ਹੁੰਦੇ ਸੁਣੇ ਸੀਗੇ, ਲਾਈਕ ਉੱਧਰ ਪ੍ਰਾਗ ਵਾਲੇ ਪਾਸੇ ਹੋ ਗਏ, ਲਾਈਕ ਯੂਰਪ ਦੇ ਵਿੱਚ ਹੋ ਗਏ ਜਾਂ ਅਮੈਰੀਕਾ ਦੇ ਵਿੱਚ ਹੋ ਗਏ ਕਿਤੇ, ਇਹ ਪੰਜਾਬੀ ਅਵਾਰਡ ਫੰਕਸ਼ਨ ਹੈ ਜਿਹੜਾ ਪਹਿਲਾ। ਬਹੁਤ ਵੱਡਾ ਉੱਦਮ ਹੈ ਜੀ PTC ਦਾ ਅਤੇ ਇਹਨਾਂ ਦਾ ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਜੀ ਸਾਰਿਆਂ ਨੂੰ ਐਡੇ ਵੱਡੇ ਪਲੇਟਫਾਰਮ 'ਤੇ, ਕਿਉਂਕਿ ਓਵਰਸੀਜ਼ ਦੇ ਵਿੱਚ ਜਦੋਂ ਅਵਾਰਡ ਕਰਾਉਂਦੇ ਨੇ ਤਾਂ ਸਾਡੇ ਜਿਹੜੇ ਆਰਟਿਸਟ ਨੇ ਮੇਰੇ ਵਰਗੇ ਨੇ ਸਾਰੇ ਜੀ, ਸਾਰਿਆਂ ਨੂੰ ਇਹ ਰਿਕੋਗਨਾਈਜੇਸ਼ਨ ਮਿਲਦੀ ਹੈ ਇੱਕ ਵੱਡੇ ਪਲੇਟਫਾਰਮ ਦੇ ਉੱਤੇ, ਤਾਂ ਸਾਰੇ ਵਧਾਈ ਦੇ ਹੱਕਦਾਰ ਨੇ ਜੋ ਜੋ ਵੀ ਇੰਟਾਇਰ ਟੀਮ ਹੈ ਜੀ PTC ਦੀ ਐਂਡ ਜੋ ਵਿਰਾਸਤ ਵਾਲੇ ਇੰਟਾਇਰ ਟੀਮ ਹੈ ਜੀ, ਉਹਨਾਂ ਨੂੰ ਮੇਰੇ ਵੱਲੋਂ ਆਲ ਦਾ ਬੈਸਟ ਐਂਡ ਬਹੁਤ ਬਹੁਤ ਵਧਾਈਆਂ ਜੀ। ਵੱਡੀ ਗੱਲ ਤਾਂ ਵਿਰਾਸਤ ਦਾ ਨਾਂ ਜੜਿਆ ਹੋਇਆ ਔਰ ਜਿਹੜਾ ਅਸੀਂ 2-3 ਦਿਨਾਂ ਤੋਂ ਮਾਹੌਲ ਦੇਖ ਰਹੇ ਹਾਂ ਅੱਛਾ ਹੈ ਔਰ ਉਮੀਦ ਕਰਦੇ ਹਾਂ ਔਰ ਜਿਹੜੀ ਜਨਤਾ ਦੀ ਵੀ ਉਮੀਦ ਹੈ ਕਿ ਵਿਰਾਸਤ ਨਾਲ ਜੁੜੀਆਂ ਹੋਈਆਂ ਗੱਲਾਂ, ਨਵੀਂ ਵਿਰਾਸਤ ਪੈਦਾ ਕਰਨ ਦੀਆਂ ਗੱਲਾਂ ਔਰ ਵਿਰਾਸਤ ਖੜੀ ਕਰਨ ਦੀਆਂ ਗੱਲਾਂ ਜੋ ਕਰਤੀਆਂ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਸਿੱਧ ਹੋਣਗੀਆਂ। ਸੋ ਵਿਰਾਸਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਅਵਾਰਡਸ ਦੇ ਉੱਤੇ ਪੰਜਾਬ ਦੇ ਉੱਤੋਂ ਲੋਕਾਂ ਦੇ ਚਹੇਤੇ ਕਲਾਕਾਰ ਆਏ ਨੇ ਔਰ ਜਿਹੜਾ ਪਿਆਰ ਇੱਥੋਂ ਮਿਲ ਰਿਹਾ ਲੋਕਲ ਹੈ ਨਾ ਪਬਲਿਕ ਦਾ ਚਾਹੁਣ ਵਾਲਿਆਂ ਦਾ, ਉਹ ਬਹੁਤ ਕਮਾਲ ਹੈ। ਵਿਰਾਸਤ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੈਲਬਰਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ, ਕਾਫੀ ਉਤਸ਼ਾਹ ਹੈਗਾ। ਮੈਨੂੰ ਕਈ ਲੋਕ ਮਿਲੇ ਅਤੇ ਲੋਕਾਂ ਦੇ ਵਿੱਚ ਵੀ ਆਡੀਅੰਸ ਕਈ ਮਿਲੇ ਸੀਗੇ, ਉਹ ਵੀ ਬਹੁਤ ਜ਼ਿਆਦਾ ਐਕਸਾਈਟਡ ਨੇ। ਮੈਂ ਦੇਖਿਆ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇਗੇ ਜਿੰਨੇ ਵੀ ਇਸ ਟੀਮ ਦੇ ਮੈਂਬਰ ਨੇ, ਸੋ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਇੱਦਾਂ ਦੇ ਜਿਹੜੇ ਈਵੈਂਟਸ ਹੈਗੇ ਨੇਗੇ ਉਹ ਆਪਣੇ ਪੰਜਾਬੀ ਵਿਰਸੇ ਦੇ ਨਾਲ ਲੋਕਾਂ ਨੂੰ ਜੋੜਦੇ ਹੈਗੇ ਹੈ। ਇਸ ਨਾਲ ਸਾਡੀ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ, ਪੰਜਾਬੀ ਫਿਲਮਸ ਨੇ, ਉਹਨਾਂ ਨੂੰ ਬਹੁਤ ਤਗੜੀ ਸਪੋਰਟ ਮਿਲੇਗੀ ਕਿਉਂਕਿ ਲੋਕਾਂ ਨੂੰ ਆਸਟ੍ਰੇਲੀਆ 'ਚ ਜਿਨ੍ਹਾਂ ਨੇ ਫਿਲਮਾਂ ਨਹੀਂ ਦੇਖੀਆਂ ਹੁਣ ਤੱਕ
ਉਹ ਦੇਖਣ ਦਾ ਮੌਕਾ ਮਿਲ ਰਿਹਾ। ਜਿਵੇਂ ਮੇਰੀ ਖੁਦ ਦੀ ਫਿਲਮ ਵਾਪਸੀ ਤੁਸੀਂ ਜ਼ਿਕਰ ਕੀਤਾ, ਉਹ ਨਹੀਂ ਦੇਖ ਪਾਏ ਇੱਥੇ ਬੰਦੇ, ਹੁਣ ਉਹ ਵੀ ਦੇਖਣ ਦਾ ਮੌਕਾ ਮਿਲ ਰਿਹਾ, ਸੋ ਇਟਸ ਅ ਬਿਊਟੀਫੁਲ ਸਟੈਪ। ਦੇਖੋ ਜਿਹੜੇ ਅਵਾਰਡ ਕਰਾਉਣੇ ਆ, ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਇੱਕ ਜ਼ਿੰਮੇਵਾਰੀ ਹੈ ਨਾ ਆਰਟਿਸਟ, ਤਾਂ ਮੈਨੂੰ ਲੱਗਦਾ ਕਿ ਇੱਕ ਸੰਭਾਲਣਾ ਬਹੁਤ ਔਖਾ ਹੁੰਦਾ, ਔਰ ਇੰਨੇ ਸਾਰੇ ਆਰਟਿਸਟ ਉਹ ਵੀ ਮੈਲਬਰਨ ਪਹੁੰਚੇ ਆ, ਸੋ ਬਹੁਤ ਵਧੀਆ ਮੈਨੂੰ ਲੱਗਦਾ ਕਿ ਇਹ ਉਪਰਾਲਾ ਆ। ਜੇ ਜਿੱਦਾਂ ਪੰਜਾਬ 'ਚ ਹੁੰਦੇ ਆ ਅਵਾਰਡਸ, ਪੰਜਾਬ ਦੇ ਨਾਲ ਨਾਲ ਜੇ ਮਤਲਬ ਜਿੱਦਾਂ ਓਵਰਸੀਜ਼ 'ਚ ਹੋਣ ਲੱਗ ਜਾਣ, ਤਾਂ ਹੋਰ ਜ਼ਿਆਦਾ ਪੰਜਾਬੀ ਇੰਡਸਟਰੀ, ਪੰਜਾਬੀ ਸਿਨੇਮਾ ਜਿਹੜਾ ਉਹ ਪ੍ਰਫੁੱਲਿਤ ਹੋਊਗਾ। ਸਾਰੇ ਪਹੁੰਚੋ, ਕਿਉਂਕਿ ਬਹੁਤ ਐਫਰਟ ਕੀਤਾ ਸਾਰਿਆਂ ਨੇ, ਸੋ 13 ਅਗਸਤ ਨੂੰ ਆਪਾਂ ਮਿਲਦੇ ਹਾਂ ਕਨਵੈਨਸ਼ਨ ਸੈਂਟਰ ਵਿਖੇ। ਬਹੁਤ ਅੱਛਾ ਉਪਰਾਲਾ ਕੀਤਾ ਗਿਆ ਜੀ ਮੈਲਬਰਨ 'ਚ ਵਸਦੇ ਪੰਜਾਬੀਆਂ ਵੱਲੋਂ, ਸਾਂਝੀ ਆਵਾਜ਼ ਰੇਡੀਓ ਵੱਲੋਂ, ਔਰ ਨਾਲ ਦੇ ਨਾਲ PTC ਵੱਲੋਂ, ਜੋ ਇੱਕ ਵਿਰਾਸਤ ਫਿਲਮ ਅਵਾਰਡਸ ਕਰਵਾਏ ਜਾ ਰਹੇ ਆ ਇੱਥੇ, ਤਕਰੀਬਨ ਸਾਰਾ ਪੰਜਾਬ ਹੀ ਇਹਨਾਂ ਨੇ ਇੱਥੇ ਬੁਲਾਇਆ ਹੋਇਆ। ਸੋ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਵੀ ਯਾਦ ਕੀਤਾ ਗਿਆ। 13 ਅਗਸਤ 2016 ਨੂੰ ਜਿਹੜਾ ਹੋਣ ਜਾ ਰਿਹਾ, ਪਹਿਲੀ ਵਾਰ ਇੰਟਰਨੈਸ਼ਨਲ ਪੱਧਰ 'ਤੇ ਪੰਜਾਬੀ ਸਿਨੇਮਾ ਦੇ ਲਈ ਇੰਨਾ ਵੱਡਾ ਅਵਾਰਡ ਹੋ ਰਿਹਾ, ਅਤੇ PTC ਦਾ ਵੀ ਧੰਨਵਾਦੀ ਹਾਂ ਕਿ ਉਹ ਸਹਿਯੋਗ ਕਰ ਰਹੇ ਨੇ ਇਸ ਈਵੈਂਟ ਦੇ ਵਿੱਚ। ਆਈ ਐਮ ਰੀਅਲੀ ਲੁਕਿੰਗ ਫੋਰਵਰਡ ਐਂਡ ਟੂ ਐਕਸਾਈਟਿਡ ਫੋਰ ਦ ਅਵਾਰਡਸ, ਸੋ ਆਈ ਹੋਪ ਦੇ ਆਰ ਗੋਇੰਗ ਟੂ ਕ੍ਰੀਏਟ ਅ ਹਿਸਟਰੀ ਬਾਈ ਡੂਇੰਗ ਸੱਚ ਅ nice event, so all the best to Virasat Punjabi Film Festival. ਬਹੁਤ ਬਹੁਤ ਵਧੀਆ ਕੰਮ ਕੀਤਾ PTC ਨੇ, ਬਹੁਤ ਅੱਛਾ ਕੰਮ ਕੀਤਾ PTC ਦਾ, ਜਿਹੜੇ ਕਵਰੇਜ ਹੈ ਇਹ ਬਹੁਤ ਵਧੀਆ ਹੈ। ਇਸ ਦੌਰਾਨ PTC ਪੰਜਾਬੀ ਦੇ ਸਹਿਯੋਗ ਨਾਲ ਹੋ ਰਹੇ ਇਸ ਵਿਰਾਸਤ ਫਿਲਮ ਫੈਸਟੀਵਲ ਤੇ ਅਵਾਰਡਸ ਦੀ ਟਰਾਫੀ ਵੀ ਰਿਵੀਲ ਕੀਤੀ ਗਈ, ਤੇ ਆਰਗੇਨਾਈਜ਼ਰਸ ਨਾਲ ਅਸੀਂ ਕੀਤੀ ਗੱਲਬਾਤ। ਇਸ ਸੁਪਨੇ ਦਾ ਜਨਮ ਕੋਈ ਕਰੀਬ ਮੇਰੇ ਖਿਆਲ ਗੁਰਦੀਪ 8 ਮਹੀਨੇ ਪਹਿਲੇ ਹੋਇਆ ਸੀ, ਅਤੇ 8 ਮਹੀਨੇ ਤੋਂ ਅਸੀਂ ਇਸ ਤਿਆਰੀ ਸ਼ੁਰੂ ਕਰ ਦਿੱਤੀ, ਅਤੇ ਫਿਰ ਹੌਲੀ ਹੌਲੀ ਜਿਸ ਤਰ੍ਹਾਂ ਸਾਡੀ ਟੀਮ ਹੈ ਜਿਹੜੀ ਉਹ ਵੱਧਦੀ ਗਈ, ਅਤੇ ਅੱਜ ਜਿਸ ਨੂੰ ਅਸੀਂ ਸਾਕਾਰ ਹੁੰਦਾ ਦੇਖ ਰਹੇ ਹਾਂ। 13 ਅਗਸਤ ਨੂੰ ਸਾਰੇ ਪਹੁੰਚੋ ਅਤੇ ਸਾਡਾ ਸਾਥ ਦਿਓ ਇਸ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ ਨੂੰ ਕਾਮਯਾਬ ਬਣਾਉਣ ਵਾਸਤੇ। ਥੈਂਕ ਯੂ ਵੈਰੀ ਮੱਚ। ਅਸੀਂ ਸੋਚਿਆ ਸੀਗਾ ਕਿ ਵਿਰਾਸਤ ਫਿਲਮ ਫੈਸਟੀਵਲ ਕਰਾਂਗੇ, ਅਤੇ ਉਸ ਵਿਰਾਸਤ ਫਿਲਮ ਫੈਸਟੀਵਲ ਨੂੰ ਅਸਲ ਦੇ ਵਿੱਚ ਸੁਪਨੇ ਨੂੰ ਪੂਰਾ ਕਰਨ ਦਾ ਸਾਰੀ ਪੂਰੀ ਟੀਮ ਦਾ ਸਹਿਯੋਗ ਹੈ ਜੀ, ਕਿਸੇ ਇੱਕ ਬੰਦੇ ਜਾਂ ਦੋ ਬੰਦੇ ਦੀ ਕਾਢ ਨਹੀਂ ਹੈ ਜੀ। ਅਤੇ ਰਹੀ ਗੱਲ ਕਿ ਵਿਰਾਸਤ, ਅਸੀਂ ਬੜੇ ਮਾਣ ਨਾਲ ਅੱਜ ਕਹਿ ਰਹੇ ਹਾਂ ਕਿ ਅਸੀਂ ਇਹ ਮੈਲਬਰਨ ਦੀ ਧਰਤੀ ਦੇ ਉੱਤੇ ਇੰਡੀਆ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਚੁਣਿੰਦਾ ਸਿਤਾਰੇ ਜਿਹੜੇ ਆ ਕਿ ਅਸੀਂ ਇੱਥੇ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋਏ ਹਾਂ, ਅਤੇ ਅਸੀਂ ਸਾਰਿਆਂ ਦੀ ਕਹਿੰਦੇ ਆ ਕਿ ਬਈ ਸਪੋਰਟ ਨੂੰ, ਵੀ ਵਾਂਟ ਦੈਟ। ਮੇਨ ਸਾਡਾ ਜਿਹੜਾ ਸੀਗਾ ਕਿ ਉਪਰਾਲਾ ਕਿ ਇਸ ਵਾਰ ਅਵਾਰਡਸ ਆਸਟ੍ਰੇਲੀਆ ਵਿੱਚ ਹੋ ਜਾਏ, ਅਤੇ ਇੰਡਸਟਰੀ ਨੂੰ ਹੋਰ ਉਹਦੇ ਨਾਲ ਸਟਰੋਂਗ ਹੋਏਗੀ ਇੰਡਸਟਰੀ। ਜਿਹੜੇ ਵੀਜ਼ੇ ਲੱਗੇ ਹਾਂ ਸਾਰੇ, ਅਸੀਂ ਅਰਾਊਂਡ 87 ਵੀਜ਼ੇ ਲਗਾਏ ਹਾਂ, ਹੁਣੇ ਇੱਧਰ ਬੈਠੇ ਹੁਣੇ ਵੀ ਈਮੇਲ 'ਤੇ ਵੀਜ਼ੇ ਆ ਰਹੇ ਹਨ ਜਿਹੜੇ ਹਾਲੀ ਪੈਂਡਿੰਗ ਸੀਗੇ, ਅਤੇ ਅਸੀਂ ਤਾਂ ਡੈਫੀਨੇਟਲੀ ਉਹਨਾਂ ਨੂੰ ਸ਼ੁਰੂ ਤੋਂ ਸਪੋਰਟ ਕੀਤੀ ਹੈ, ਹੁਣ ਵੀ ਕਰਾਂਗੇ। ਇਹਨਾਂ ਨੇ ਜੋ ਐਫਰਟ ਕੀਤਾ, ਸਾਡੇ ਸਾਰਾ ਬਹੁਤ ਵਧੀਆ ਐਫਰਟ ਹੈ, ਜੇ ਔਫਟਨ ਹੋਏ ਜਲਦੀ ਹੋਏ ਸਾਨੂੰ ਵਧੀਆ ਲੱਗੇਗਾ। ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਇਹਦਾ ਹਿੱਸਾ ਬਣ ਸਕੇ ਹਾਂ, ਠੀਕ ਹੈ। ਵੀ ਲੁਕਿੰਗ ਫੋਰਵਰਡ ਟੂ ਇਟ। ਅਸੀਂ ਸਾਰੇ ਪੰਜਾਬੀਆਂ ਨੂੰ ਜਿਹੜੇ ਮੈਲਬਰਨ ਹੈ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲੈਣ, ਤਾਂ ਕਿ ਇਹ ਆਉਂਦੇ ਸਾਲ ਹਰ ਸਾਲ ਹੋਰ ਵਾਧਾ ਫੁੱਲਦਾ ਰਹੇ। ਇਟਸ ਵੈਰੀ ਐਕਸਾਈਟਿੰਗ ਮੂਮੈਂਟ ਸਭ ਦੇ ਲਈ ਜੀ, ਬਹੁਤ ਐਕਸਾਈਟਿੰਗ ਹੈ। ਅਤੇ ਅਸੀਂ ਆਂਗਨ ਸਾਡੀ, ਅਸੀਂ ਹੋਸਪਿਟੈਲਿਟੀ ਲਾਈਨ 'ਚ ਹੈਗੇ ਹਾਂ, ਅਤੇ ਅਸੀਂ ਇਹਨਾਂ ਦੇ ਡਾਇਮੰਡ ਸਪੋਂਸਰ ਹਾਂ। ਅਤੇ ਇਟਸ ਵੈਰੀ ਐਕਸਾਈਟਿੰਗ ਟੂ ਸੀ ਕਿ ਇੰਡਸਟਰੀ ਇੱਥੇ ਆ ਰਹੀ ਹੈ, ਸਟਾਰਸ ਆ ਰਹੇ ਨੇ, ਅਤੇ ਲੋਕਾਂ ਨੂੰ ਹੋਰ ਪਤਾ ਚੱਲ ਰਿਹਾ ਜੀ, ਬਹੁਤ ਉਤਸ਼ਾਹ ਹੈ। ਇਟ ਵਿਲ ਬੀ ਵੈਰੀ ਨਾਈਸ ਟੂ ਸਪੋਰਟ ਆਵਰ ਕਮਿਊਨਿਟੀ ਹੇਅਰ। ਸਾਰੇ ਲੋਕ ਬਹੁਤ ਐਕਸਾਈਟਡ ਨੇ, ਅਤੇ ਫਰੋਮ ਲਾਸਟ ਆਲਮੋਸਟ 1 ਮੰਥ ਅਸੀਂ ਸੁਣ ਰਹੇ ਹਾਂ, ਹਰ ਕੋਈ ਵਧੀਆ ਵਧੀਆ ਗੱਲ ਕਰ ਰਿਹਾ ਕਿ ਇਟਸ ਵੈਰੀ ਨਾਈਸ, ਵੈਰੀ ਗੁੱਡ। ਸਾਡੇ ਮੈਲਬਰਨ ਵਾਸੀਆਂ ਵਾਸਤੇ ਬਹੁਤ ਗਰਵ ਦੀ ਗੱਲ ਹੈ, ਅਤੇ ਬੀਂਗ ਸਪੋਂਸਰ ਮੈਂ ਗਰਵ ਮਹਿਸੂਸ ਕਰ ਰਿਹਾ ਕਿ ਵੱਡੇ ਵੱਡੇ ਫੰਕਸ਼ਨ ਨੂੰ ਸਪੋਂਸਰ ਕਰ ਰਿਹਾ। 100 out of 100 ਪੁਆਇੰਟਸ ਟੂ ਆਲ ਵਿਰਾਸਤ ਟੀਮ, ਐਂਡ ਥੈਂਕਸ ਟੂ ਆਲ ਦ ਸਪੋਂਸਰਸ ਜਿਨ੍ਹਾਂ ਨੇ ਇਹਨੂੰ ਸਪੋਂਸਰ ਕੀਤਾ ਆ। ਅਤੇ ਇਹੋ ਜਿਹੇ ਇਵੈਂਟ ਉਦੋਂ ਹੀ ਕਾਮਯਾਬ ਹੁੰਦੇ ਆ, ਨੀਹਾਂ ਉਹ ਜਦੋਂ ਪੂਰੀਆਂ ਮਜ਼ਬੂਤ ਰੱਖੀਆਂ ਜਾਣ। ਫੁੱਲ ਪੁਆਇੰਟਸ ਟੂ ਆਲ ਦ ਵਿਰਾਸਤ ਟੀਮ। ਅਸੀਂ ਐਜ਼ ਅ ਸਪੋਂਸਰ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਟੂ ਸਪੋਰਟ ਟੂ ਇਨਕਰੇਜ ਦਿਸ ਇਵੈਂਟ, ਤਾਂ ਕਿ ਇਹ ਅੱਗੇ ਤੋਂ ਵੀ ਹੁੰਦੇ ਰਹਿਣ। ਸਾਰੇ ਸੈਲੀਬ੍ਰਿਟੀਜ਼ ਇੱਥੇ ਆ ਚੁੱਕੇ ਨੇ, ਅਤੇ ਅਸੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਸਾਰੇ ਹੁਮ ਹੁਮ ਆ ਕੇ ਪਹੁੰਚੋ, ਇਸ ਪ੍ਰੋਗਰਾਮ ਨੂੰ ਸਪੋਰਟ ਕਰੋ 13 ਅਗਸਤ ਨੂੰ ਮੈਲਬਰਨ ਕਨਵੈਨਸ਼ਨ ਸੈਂਟਰ। ਹਮੇਸ਼ਾ PTC ਦੀ ਕੋਸ਼ਿਸ਼ ਰਹੀ ਹੈ ਕਿ ਸਮੂਹ ਪੰਜਾਬੀਅਤ ਨੂੰ ਪੂਰੀ ਦੁਨੀਆ ਵਿੱਚ ਚੰਗੇ ਅਤੇ ਸਾਰਥਕ ਮਨੋਰੰਜਨ ਨਾਲ ਜੋੜਿਆ ਜਾਵੇ, ਅਤੇ ਇਸੇ ਸਿਲਸਿਲੇ 'ਚ ਇਹ ਸਾਡੀ ਇੱਕ ਹੋਰ ਕੋਸ਼ਿਸ਼ ਹੈ।